सत श्री अकाल जी, करंट न्यूज़ वेखदे दर्शकों का स्वागत है। मैं हाँ लखविंदर सिंह गिल। दोस्तों, जिवें तुहानू पता, असी वख वख फनकारां ते कलाकारां नू नवें चेहरियां नू तुहाडे नाल रूबरू करवाने रहने हां। अज संगीत खेतर दे विच एक नवा उभरदा चेहरा सामने आ रहा, उहदे नाल तुहानू रूबरू करवावांगे। सत श्री अकाल जी, करंट न्यूज़ विच तुहाडा बहुत बहुत स्वागत है। धन्यवाद जी, तुहाडा बहुत ज्यादा। की नाम है तुहाडा? शुभ नाम दस्सो। मेरा पक्का नाम जी गुरबचन सिंह। गुरबचन जी, कित्थे दे रहण वाले हो तुसीं? मेरा जन्म जी खन्ने शहर विच ही होया। खन्ने शहर दे विच ही मैं पलिया ते मेरी पढ़ाई भी सारी खन्ने शहर विच ही हुई है। अपने खन्ना पब्लिक स्कूल दे विच मैं प्लस टू उपर दे रही हूँ। ते हुण की लैके आए हो अजकल नवा? तुसीं सौंग किहड़ा लैके आए हो? मैं अज दे जमाने दी सौंग लैके आया जी, यार दा ड्रीम सौंग दा नेम आ। थोनों बहुत वधिया लगेगा, मतलब कि सारे जिहड़े मुंडे ने जां अपने बजुर्ग ने सारिआं दी, मतलब कि उहदे विच बहुत चीज़ां वधिया दस्सियां होईआं ने। इहदीआं लाइनां जिहड़ीआं दर्शकां नाल सांझीआं करो, सुनाओ दर्शकां नूं। ਹਉ ਬੇਬੇ ਦਾ ਸ਼ਰੀਫ ਪੁੱਤੇ, ਅਸਲੇ ਦੀ ਗੱਲ ਨਹੀਂ ਉਹ ਮੀਡੀਆ 'ਚ ਉੱਠੇ ਕਿਸੇ ਮਸਲੇ ਦੀ ਗੱਲ ਨਹੀਂ। ਹੋ ਲੋਕੀ ਚੰਗਾ ਮਾੜਾ ਕਹਿੰਦੇ ਨੇ ਤਾਂ ਕਹਿ ਲੈਣ ਦੇ, ਚੰਗਾ ਮਾੜਾ ਕਹਿੰਦੇ ਨੇ ਤਾਂ ਕਹਿ ਲੈਣ ਦੇ। ਹੋਏ ਆਪਾਂ ਅੱਗੇ ਸਾਰਿਆਂ ਦੇ ਹੱਥ ਜੋੜਨੇ, ਤੇਰੇ ਯਾਰ ਦਾ ਡਰੀਮ ਰਿਹਾ ਇੱਕ ਮੁੱਢ ਤੋਂ, ਮੈਂ ਵੱਡੇ ਵੱਡੇ ਲੋਕਾਂ ਦੇ ਰਿਕਾਰਡ ਤੋੜਨੇ। ਕਿਹਨਾਂ ਕਿਹਨਾਂ ਦੇ ਰਿਕਾਰਡ ਤੋੜਨੇ? ਇਹ ਤਾਂ ਜੀ ਵਾਹਿਗੁਰੂ ਹੀ ਦੇਖਦੇ ਹਾਂ। ਆਪਾਂ ਤਾਂ ਵੈਸੇ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਜੀ, ਰੱਬ ਮਿਹਰ ਕਰੇਗਾ। ਅੱਛਾ ਗੁਰਬਚਨ, ਜਿਹੜੇ ਤੁਹਾਡਾ ਗਾਣਾ ਆਇਆ, ਇਹ ਪਹਿਲਾ ਗਾਣਾ ਜਾਂ ਇਸ ਤੋਂ ਪਹਿਲਾਂ ਵੀ ਕੋਈ ਗਾਣਾ ਤੁਸੀਂ ਸੁਣਾ ਚੁੱਕੇ? ਇਹ ਮੇਰਾ ਜੀ ਫਸਟ ਸੌਂਗ ਆਇਆ, ਮਤਲਬ ਕਿ ਇਹ ਮੇਰਾ ਸੈਕਿੰਡ ਗਾਣਾ ਆ। ਇਸ ਤੋਂ ਪਹਿਲਾਂ? ਹਾਂਜੀ, ਮੇਰਾ ਫਸਟ ਗਾਣਾ ਆਇਆ ਸੀ 3 ਸਾਲ ਦਾ, ਉਹ ਆਪਣੇ ਮਾਲਾ ਪ੍ਰੋਡਕਸ਼ਨ ਤੋਂ ਰਿਲੀਜ਼ ਹੋਇਆ ਸੀਗਾ। ਹਰਦੇਵ ਟੂਸਾਈ ਨੇ ਮਤਲਬ ਕਿ ਰਿਲੀਜ਼ ਕੀਤਾ ਸੀਗਾ, ਅਤੇ ਜਿਹਨਾਂ ਨੇ ਲਿਖਿਆ ਸੀ ਉਹ ਵਰਿੰਦਰ ਬਿੰਦੂ ਸੀਗੇ, ਛਿੱਬਰਾਂ ਤੋਂ ਰਹਿਣ ਵਾਲੇ ਨੇ ਜੀ ਉਹ, ਠੀਕ ਹੈ ਜੀ। ਅਤੇ ਜਿਹਨਾਂ ਨੇ ਮਿਊਜ਼ਿਕ ਪਾਇਆ ਸੀ ਉਹ ਜੇ ਵੀ ਮਿਊਜ਼ਿਕ ਵਾਲੇ ਸੀਗੇ। ਜਿਹੜਾ ਉਹ ਗਾਣਾ ਸੀ ਉਹਦੇ 2-4 ਬੋਲ ਦਰਸ਼ਕਾਂ ਨਾਲ ਤੁਸੀਂ ਸੁਣਾਓ। ਜ਼ਰੂਰੀ। ਹੋ 3 ਸਾਲ ਦਾ ਪਿਆਰ ਯਾਰ ਦਾ, ਕੁੜੀ ਮਿੰਟਾਂ 'ਚ ਕਰਸ਼ ਕਰੇਗੀ, ਉਹਦਾ ਵੀਜ਼ਾ ਇੰਗਲੈਂਡ ਹੋ ਗਿਆ, ਦਿਲ ਮੇਰਾ ਸੁਣ ਹੈਂਗ ਹੋ ਗਿਆ, ਉਹਦਾ ਵੀਜ਼ਾ ਇੰਗਲੈਂਡ ਹੋ ਗਿਆ, ਦਿਲ ਮੇਰਾ ਸੁਣ ਹੈਂਗ ਹੋ ਗਿਆ, ਗੁੱਡ ਬਾਏ ਕਹਿੰਦੀ ਮਾਫ ਕਰ ਦੀ, ਉਹ ਲੱਗੀ ਦਿਲ ਤੋਂ ਧੜਕ ਕਰਗੀ। 3 ਸਾਲ ਦਾ ਪਿਆਰ ਯਾਰ ਦਾ, ਕੁੜੀ ਮਿੰਟਾਂ 'ਚ ਕਰਸ਼ ਕਰਗੀ। ਅਤੇ ਜਿਹੜਾ ਹੁਣ ਤੁਹਾਡਾ ਨਵਾਂ ਗਾਣਾ ਆਇਆ, ਉਹ ਕਿਹੜਾ ਗਾਣਾ ਜੀ, ਸੌਂਗ ਕਿਹੜਾ? ਉਹ ਮਤਲਬ ਕਿ ਯਾਰ ਦਾ ਡਰੀਮ ਹੈ ਜੀ ਗਾਣੇ ਦਾ ਨਾਮ, ਅਤੇ ਆਪਣੇ ਰੀਤ ਲਹਿੜੀ ਰਹਿੰਦੇ ਨੇ ਵੀਰ ਜੀ, ਉਹਨਾਂ ਨੇ ਦਿੱਤਾ ਮੈਨੂੰ ਗਾਣਾ। ਜਿਹੜਾ ਮਿਊਜ਼ਿਕ ਆ ਉਹ ਅਮਨ ਹੁੰਦਨ ਦਾ, ਅਮਨ ਹੁੰਜਨ ਵੀਰਾ। ਅਤੇ ਗਾਣਾ ਫਿਰ ਕਦੋਂ ਮਾਰਕੀਟ ਦੇ ਵਿੱਚ ਕਦੋਂ ਆ ਰਿਹਾ? ਇਹ 4-5 ਤਰੀਕ ਨੂੰ ਆਉਣੇ ਆਪਣਾ। ਠੀਕ ਹੈ, ਇਹਦੇ 2-4 ਬੋਲ ਸਾਂਝੇ ਕਰੋ। ਹੋ ਬੇਬੇ ਦਾ ਸ਼ਰੀਫ ਪੁੱਤੀ, ਅਸਲੇ ਦੀ ਗੱਲ ਨਹੀਂ ਉਹ ਮੀਡੀਆ 'ਚ ਉੱਠੇ ਕਿਸੇ ਮਸਲੇ ਦੀ ਗੱਲ ਨਹੀਂ। ਹੋ ਲੋਕੀ ਚੰਗਾ ਮਾੜਾ ਕਹਿੰਦੇ ਨੇ ਤਾਂ ਕਹਿ ਲੈਣ ਦੇ, ਚੰਗਾ ਮਾੜਾ ਕਹਿੰਦੇ ਨੇ ਤਾਂ ਕਹਿ ਲੈਣ ਦੇ। ਹੋਏ ਆਪਾਂ ਅੱਗੇ ਸਾਰਿਆਂ ਦੇ ਹੱਥ ਜੋੜਨੇ, ਤੇਰੇ ਯਾਰ ਦਾ ਡਰੀਮ ਰਿਹਾ ਇੱਕ ਮੁੱਢ ਤੋਂ, ਮੈਂ ਵੱਡੇ ਵੱਡੇ ਲੋਕਾਂ ਦੇ ਰਿਕਾਰਡ ਤੋੜਨੇ। ਅੱਛਾ, ਤਾਂ ਹੁਣ ਗਾਣੇ ਆਉਣ ਤੋਂ ਬਾਅਦ ਫਿਰ ਲੋਕਾਂ ਦੇ ਰਿਕਾਰਡ ਤੋੜਨੇ ਤੁਸੀਂ, ਹੈ? ਨਾ ਨਾ ਜੀ, ਇੱਦਾਂ ਦਾ ਕੋਈ ਗੱਲ ਨਹੀਂ ਹੈਗੀ ਆਪਣੀ। ਅੱਛਾ, ਇਹ ਮੈਨੂੰ ਇਹ ਦੱਸੋ ਵੀ ਤੁਹਾਡੀ ਫੈਮਿਲੀ ਵਿੱਚ ਪਹਿਲਾਂ ਵੀ ਕੋਈ ਗੀਤ ਗਾਉਂਦਾ, ਸੰਗੀਤ ਖੇਤਰ ਆਪਣਾ ਗਾ ਰਿਹਾ, ਕਿਸੇ ਤੋਂ ਪ੍ਰਭਾਵਿਤ ਜਾਂ ਕਿਸੇ ਸਿੰਗਰ ਤੋਂ ਪ੍ਰਭਾਵਿਤ ਹੋ ਕੇ ਆਏ ਹੋ ਤੁਸੀਂ? ਨਾ ਨਾ ਜੀ, ਇੱਦਾਂ ਦਾ ਆਪਣੀ ਨਾ ਕੋਈ ਫੈਮਿਲੀ 'ਚ ਗਾ ਰਹੇ, ਸ਼ੌਂਕ ਸੀਗਾ ਮੈਨੂੰ ਬਚਪਨ ਤੋਂ, ਸ਼ੌਂਕ ਸੀਗਾ ਛੋਟੇ ਹੁੰਦੇ ਦੇ। ਅੱਛਾ ਗੁਰਬਚਨ, ਅੱਜ ਕੱਲ੍ਹ ਜਿਹੜੇ ਮਾਰਕੀਟ ਦੇ ਵਿੱਚ ਗਾਣੇ ਆ ਰਹੇ ਨੇ, ਸਿੰਗਰ ਜਿਹੜੇ ਗਾਣੇ ਗਾਉਂਦੇ ਨੇ, ਕੋਈ ਟੈਂਕਾਂ ਨੂੰ ਪ੍ਰਮੋਟ ਕਰਦਾ, ਕੋਈ ਬੰਦੂਕਾਂ ਚਲਾ ਰਿਹਾ, ਕੋਈ ਮਾਰ ਧਾੜ ਬੰਦੇ ਮਾਰ ਰਿਹਾ, ਗਾਣੇ ਜਿਹੜੇ ਆ ਰਹੇ ਨੇ ਅੱਜ ਕੱਲ੍ਹ ਦੇ ਜਿਹੜੇ ਸਿੰਗਰ ਨੇ, ਕੋਈ ਵਾਲ ਖੜੇ ਜੇ ਕਰਕੇ ਦਾੜੀ ਐਡੀ ਐਡੀ ਰੱਖ ਕੇ, ਉਹ ਕੀ ਉਹ ਮੈਸੇਜ ਕੀ ਦਿੰਦੇ ਨੇ ਜਨਤਾ ਨੂੰ, ਹੈ ਨਾ? ਉਹ ਤਾਂ ਉਹੀ ਜਾਣਦੇ ਨੇ। ਅਤੇ ਜਿਹੜਾ ਤੁਹਾਡਾ ਗਾਣਾ ਆਇਆ, ਇਹ ਕੀ ਮੈਸੇਜ ਦਊਗਾ ਜਨਤਾ ਨੂੰ, ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਿੰਦਾ ਆ? ਇਹ ਜਿਹੜਾ ਮੇਰਾ ਗਾਣਾ ਜੀ, ਇਹ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦਿੰਦਾ ਹੈ ਕਿ ਜੇ ਕਿਸੇ ਦਾ ਹੌਸਲਾ ਟੁੱਟਦਾ ਹੈ ਤਾਂ ਹੌਸਲਾ ਵਧਾਊਗਾ, ਮਤਲਬ ਕਿ ਇਹ ਕਿਸੇ ਗਲਤ ਲੈਣ ਜਾਂ ਕੋਈ ਗਲਤ ਰਸਤੇ ਨਹੀਂ ਪਾਊਗਾ ਗਾਣਾ ਮੇਰਾ। ਜਾਣੀ ਕਿ ਜਿਹੜਾ ਤੁਹਾਡਾ ਗਾਣਾ, ਉਹ ਜਿਹੜੇ ਜਿਹਨਾਂ ਦੇ ਹੌਸਲੇ ਟੁੱਟ ਜਾਂਦੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੂਗਾ, ਪ੍ਰੇਰਣਾਦਾਇਕ ਇੱਕ ਤੁਹਾਡਾ ਸੌਂਗ ਆ, ਹੈ ਨਾ? ਹਾਂਜੀ। ਦਰਸ਼ਕ ਨੇ ਉੱਥੋਂ ਤੋਂ ਕੀ ਉਮੀਦ ਕਰਨ ਵੀ ਤੁਸੀਂ ਵੀ ਆਉਣ ਵਾਲੇ ਸਮੇਂ ਵਿੱਚ ਸੱਭਿਆਚਾਰ ਗਾਣੇ ਲੈ ਕੇ ਆਉਂਗੇ ਜਿਹੜੇ ਵਿਰਸੇ ਨਾਲ ਸੰਬੰਧਿਤ ਰੱਖਦੇ ਨੇ, ਜਾਂ ਫਿਰ ਤੁਸੀਂ ਵੀ ਉਹ ਦੂਸਰੇ ਸਿੰਗਰਾਂ ਵਾਂਗੂ ਮਾਰ ਤਾੜ ਵਾਲੇ ਗਾਣੇ ਲੈ ਕੇ ਆਉਂਗੇ?
ना नहीं माड़ धार वाले तो कोई भी गाना लैके नहीं आना जेडे सिक्ख्या देंदे ने उही आपां गाने लैके आवांगे आपां किसी नूं पता हो नहीं करते कि साडे पिछे लोग वधिया गाने लैके आवांगे आपां जेडे नौजवानां नूं। गुरबचन नौजवान पीढ़ी नूं की मैसेज देना चाहुंदे तुसीं? मैसेज तो मेरा यही है जी, नशियां दे विच अपनी जिंदगी ना गालो, अपने माँ प्यो की सेवा करो ते अगे वधो जी, वध तों वध सेवा जिनी सेवा करा उस से अपन फायदा, नशियां दे विच कोई अपनी जिंदगी गलती होर तो कोई यही आप संदेश दिता मतलब कि नौजवान मैं यही कहना चाहना जोड़ा मेरा सौंग आ रहा उन्होंने वो वह प्यार देन लाइक कमेंट शेयर जरूर कर ना मेरा हौसला बधा दसन की किदा का गाँव लग्या मेरा। सो दोस्तों ये साढ़े नाल गुरबचन ने इन्हों का ये दूसरा सौंग है, इस तो पहला भी एक सौंग आ चुकिया से साड़ी दर्शकों भी बेनती है कि जेडे नौजवान नवे नौजवान पीढ़ी आ जिहड़ी इस खेत्र दे विच आ रही आ संगीत खेत्र दे विच आ रही आ जेडे अच्छा गाते ने सभ्याचार गाते ने तो उन्हां दा हौसला वधाओ ते वध तों वध उन्हां दी सपोर्ट करो। कैमरा परसन पम्मा धीमान दे नाल मैं हाँ लखविंदर सिंह गिल, तुसीं वेख रहे हो करंट न्यूज़। धन्यवाद जी।